ਵਿਦੇਸ਼ ਚ ਰੋਜੀ ਰੋਟੀ ਚੰਗੇ ਜੀਵਨ ਜਾਂਚ ਦੀ ਭਾਲ ਕਰਨ ਗਏ ਬਟਾਲਾ ਦੇ ਪਿੰਡ ਹਸਨਪੁਰਾ ਦੇ ਇੱਕ ਨੌਜਵਾਨ ਦੀ ਭੇਤਪਦੇ ਹਾਲਾਤ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਂਗਕਾਂਗ ਦੇ ਨੌਜਵਾਨ ਗਿਆਸੀ ਤੇ ਮੌਤ ਹੋਣ ਦੀ ਖਬਰ ਮਿਲੀ ਹੈ ਪਰਿਵਾਰ ਤੇ ਇਲਾਕੇ ਚ ਮਾਤਮ ਛਾਇਆ ਹੋਇਆ ਹੈ ਪਰਿਵਾਰ ਕੇਂਦਰ ਸਰਕਾਰੀ ਦਰਬਾਰੇ ਔਰ ਪੰਜਾਬ ਸਰਕਾਰ ਅੱਗੇ ਮੰਗ ਕਰ ਰਿਹਾ ਹੈ ਕਿ 32 ਸਾਲਾ ਉਹਨਾਂ ਦੇ ਪੁੱਤ ਮਲਕੀਤ ਸਿੰਘ ਦੀ ਮ੍ਰਿਤਕ ਦੇ ਪਿੰਡ ਲਿਆਉਣ ਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਪਿੰਡ ਚੰਤੇ ਸੰਸਕਾਰ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਮਲਕੀਤ ਸਿੰਘ ਕਰੀਬ 7 ਸਾਲ ਪਹਿਲਾਂ ਰੋਜੀ ਰੋਟੀ ਲਈ ਹਾਂਗਕਾਂਗ ਗਿਆ ਸੀ